ਕਿਸਾਨ ਭਰਾਓ, ਪੰਜਾਬ ਵਿੱਚ ਝੋਨੇ ਦੇ ਏਰੀਏ ਵਿੱਚ ਵਾਧਾ ਹੋਇਆ, ਮਾਲ ਵਿੱਚ ਤਾਂ ਖਾਸ ਕਰਕੇ ਵਾਧਾ ਹੋਇਆ। ਇੱਕ ਤੁਹਾਡੇ ਨਾਲ ਜਾਣਕਾਰੀ ਮੈਂ ਸਾਂਝੀ ਕਰਦਿਆਂ ਕਿ ਪਿਛਲੀ ਵਾਰ ਪੱਤਾ ਲਪੇਟ ਸੁੰਡੀ ਵੱਡੀ ਮਾਤਰਾ 'ਚ ਆਈ ਸੀ, ਪਰ ਉਹਨਾਂ ਖੇਤਾਂ ਵਿੱਚ ਆਈ ਸੀ ਜਿੱਥੇ ਲੇਟ ਯੂਰੀਆ ਪਿਆ ਸੀ, ਝੋਨਾ ਹੀ ਲੇਟ ਲੱਗਿਆ ਸੀਗਾ, ਫਸਲ ਕੱਚੀ ਸੀਗੀ ਲੋੜੋਂ ਵੱਧ। ਇਸ ਵਾਰ ਸਾਰੀਆਂ ਫਸਲਾਂ ਦੇ ਉੱਤੇ ਰਸ ਚੂਸ ਕੀੜੇ ਆ ਰਹੇ ਆ। ਝੋਨੇ ਦੀਆਂ ਪਨੀਰੀਆਂ ਵਿੱਚ ਵੀ BPH ਦਾ ਹਮਲਾ ਥੋੜ੍ਹੇ ਥੋੜ੍ਹੇ ਜਗ੍ਹਾ 'ਤੇ ਦੇਖਣ ਨੂੰ ਮਿਲਿਆ ਸੀਗਾ। ਜੇ ਆਪਾਂ ਰਾਤ ਨੂੰ ਝੋਨੇ ਦੇ ਕੁਝ ਤੁਸੀਂ ਪਾਣੀ ਲਾਉਂਦੇ ਹੋ ਨਾ, ਰਾਤ ਨੂੰ ਬੈਂਟਰੀ ਤੁਸੀਂ ਮਾਰੋ ਝੋਨੇ ਦੇ ਵਿੱਚ, ਤੁਹਾਨੂੰ ਝੋਨੇ ਦੇ ਵਿੱਚ ਭੂਰੀ ਪਿੱਠ ਵਾਲਾ ਟਿੱਡਾ, ਬਰਾਊਨ ਹੋਪਰ ਆ ਜਿਹੜਾ, ਉਹ ਦਿਖਾਈ ਦਿੰਦਾ ਹੈਗਾ। ਤਾਂ ਮਤਲਬ ਕਿ ਇੱਕ ਸ਼ੰਕਾ ਪੈਦਾ ਹੋ ਰਹੀ ਆ ਕਿ ਰਸ ਚੂਸ ਕੀੜੇ ਹਮਲਾ ਜ਼ਿਆਦਾ ਹੋ ਸਕਦਾ। ਰੁੱਖ ਤਾਂ ਹੋਈ ਆ, ਔੜ ਲੱਗੀ ਆ, ਬਹੁਤ ਜ਼ਿਆਦਾ ਬਰਸਾਤਾਂ ਦੀ ਕਮੀ ਆਈ ਹੈਗੀ ਆ, ਤੁਸੀਂ ਯੂਰੀਆ ਵੱਧ ਵਰਤਿਆ ਹੈਗਾ, ਗਰੋਥ ਪ੍ਰਮੋਟਰ ਵਰਤੇ ਹੈਗੇ ਆ, ਬੂਟੇ ਦੇ ਵਿੱਚ ਇਫੈਕਟਿਵ ਟਿੱਲਰ ਬਣਨ ਦੀ ਬਜਾਏ ਨੋਨ ਇਫੈਕਟਿਵ ਟਿੱਲਰ ਜਾਂ ਪੱਤਿਆਂ ਦੀ ਸੰਖਿਆ ਵਧੀ ਹੈਗੀ ਆ, ਲੋੜ ਤੋਂ ਵੱਧ ਖੁਰਾਕ ਗਈ ਹੈਗੀ ਆ, ਤਾਂ ਬੂਟੇ ਦੇ ਵਿੱਚ ਕੱਚਾਪਣ ਮੌਜੂਦ ਰਹੇਗਾ ਅੰਤਲੇ ਸਮੇਂ ਤੱਕ। ਤਾਂ ਰਸ ਚੂਸਕ ਕੀੜਿਆਂ ਨੂੰ ਕੱਚਾਪਣ ਬਹੁਤ ਪਸੰਦ ਆ, ਪਲਾਂਟ ਦੇ ਵਿੱਚ ਵਧੀ ਹੋਈ ਸੈਪ ਦੀ ਮਾਤਰਾ ਬਹੁਤ ਜ਼ਿਆਦਾ ਪਸੰਦ ਹੈਗੀ ਹੈ। ਜੇ ਤੁਸੀਂ ਆਪਣੇ ਖੇਤ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਹੈਗੀ ਆ, ਤਾਂ ਸੁਚੇਤ ਰਹੋ ਅਤੇ ਘਬਰਾਉਣਾ ਨਹੀਂ, ਕੋਈ ਪੈਸਟੀਸਾਈਡ ਕਰਨ ਦਾ ਫੈਸਲਾ ਨਹੀਂ ਲੈਣਾ ਹੈਗਾ। ਜਿਹੜੀਆਂ ਚੀਜ਼ਾਂ ਕੰਮ ਦੀਆਂ ਹੁੰਦੀਆਂ ਉਹਨੂੰ ਆਪਾਂ, ਵੈਸੇ ਤਾਂ ਸਾਰੀਆਂ ਹੀ ਚੀਜ਼ਾਂ ਖੇਤੀ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਪੈਸਿਆਂ ਦੇ ਨਾਲ ਹੀ ਲੈ ਕੇ ਪਾਉਣੀਆਂ ਪੈਂਦੀਆਂ, ਪਰ ਕੁਝ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਖੇਤ ਦੇ ਵਿੱਚ ਵਾੜਨਾ ਨਹੀਂ ਹੁੰਦਾ, ਤੁਸੀਂ ਉਹਨਾਂ ਨੂੰ ਵੀ ਮੁੱਲ ਲੈ ਕੇ ਪਾਉਣੇ ਹੋ, ਉਦੋਂ ਬਹੁਤ ਜ਼ਿਆਦਾ ਸਾਨੂੰ ਵੀ ਮਨੋਬਲ ਸਾਡਾ ਡਿੱਗਦਾ ਹੈਗਾ। ਕਿ 7 ਸਾਲ ਤੋਂ ਵੀਡੀਓ ਪਾ ਰਹੇ ਹੈਗੇ, ਕੰਮ ਦੀ ਚੀਜ਼ ਨੂੰ ਤੁਸੀਂ ਚੰਗੇ ਬ੍ਰਾਂਡ ਨੂੰ ਵੀ ਲੈ ਕੇ ਨਹੀਂ ਪਾਉਂਦੇ ਹੈਗੇ, ਜਿਹੜੀ ਕਾ ਚੀਜ਼ ਨੂੰ ਕਿਸੇ ਵੀ ਚੰਗੇ ਬ੍ਰਾਂਡ ਤੋਂ ਵੀ ਫ੍ਰੀ ਲੈ ਕੇ ਪਾਉਣ ਨੂੰ ਵੀ ਨਹੀਂ ਵਰਤਣਾ ਚਾਹੀਦਾ, ਉਹ ਤੁਸੀਂ ਵਰਤ ਰਹੇ ਹੋ। ਗਰੋਥ ਪ੍ਰਮੋਟਰ ਵਰਤੇ ਹੈਗੇ ਆ ਕਿਸੇ ਵੀ ਤਰੀਕੇ ਦਾ, ਜਿਹਦੇ ਨਾਲ ਝੋਨੇ ਦਾ ਸਿਰਫ ਫਲਾਗਾ ਬਣਦਾ, ਬਾਇਓਮਾਸ ਬਣਦਾ, ਝੋਨੇ ਦੇ ਵਿੱਚ ਪੱਤਿਆਂ ਦੀ ਸੰਖਿਆ ਵੱਧਦੀ ਹੈਗੀ ਆ, ਤਾਂ ਉਹ ਪ੍ਰੋਡਕਟ ਤੁਹਾਡੇ ਝਾੜ ਦੇ ਵਿੱਚ ਪੋਰਸ਼ਨ ਘੱਟ ਹੀ ਬਣਾਉਂਦਾ, ਕਿਉਂਕਿ ਝੋਨੇ ਦਾ ਮੇਕਅਪ ਹੋ ਜਾਂਦਾ, ਝੋਨਾ ਇੱਕ ਤਰੀਕੇ ਨਾਲ ਹਰਾ ਭਰਾ ਹੋ ਜਾਂਦਾ, ਉਹਦੇ ਨਾਲ ਤੁਸੀਂ 2-4 ਦਿਨ ਖੁਸ਼ ਹੁੰਦੇ ਹੈਗੇ ਹੋ, ਪਰ ਪੂਰਨ ਤੌਰ 'ਤੇ ਉਹ ਕੋਈ ਹੱਲ ਨਹੀਂ ਹੈਗਾ। ਹਾਂ ਠੀਕ ਹੈ, ਟਿਲਰਿੰਗ ਅਵਸਥਾ 'ਤੇ ਹਰਾਪਣ ਵੀ ਚਾਹੀਦਾ ਹੈਗਾ, ਜਿੰਕ ਦੀ ਸਪਰੇ ਨਾਲ ਹੋ ਸਕਦਾ ਹੈਗਾ, ਠੀਕ ਹੈ, ਲੋਹੇ ਦੀ ਸਪਰੇ ਨਾਲ ਹਰਾਪਣ ਹੋ ਸਕਦਾ, ਯੂਰੀਆ ਦੀ ਸਪਰੇ ਨਾਲ ਹਰਾਪਣ ਹੋ ਸਕਦਾ। ਜੇਕਰ ਚੰਗਾ ਮੌਸਮ ਨਸਾਰੇ ਵੇਲੇ ਹੋ ਗਿਆ, ਇੰਨੇ ਖੁਰਾਕੀ ਤੱਤ ਤੁਸੀਂ ਪਾਏ ਹੋਏ ਆ, ਗਰੋਥ ਪ੍ਰਮੋਟਰ ਵਰਤੇ ਹੋਏ ਆ, ਉਹਨਾਂ ਦਾ ਅਸਰ ਘੱਟ ਹੋਇਆ ਹੈਗਾ, ਅਤੇ ਪਰ ਉਹ ਜਦੋਂ ਉਸ ਸਮੇਂ 'ਚ ਜਾ ਕੇ ਉਹਨਾਂ ਦਾ ਅਸਰ ਰਹੇਗਾ, ਤਾਂ ਫਸਲ ਦੇ ਵਿੱਚ ਕਿਸੇ ਵੀ ਕੀੜੇ, ਚਾਹੇ ਰਸ ਚੂਸਕ ਹੈ ਚਾਹੇ ਬੋਰਰ ਪੈਸਟ ਹੈ, ਉਹਨਾਂ ਦਾ ਹਮਲਾ ਜ਼ਿਆਦਾ ਹੋ ਸਕਦਾ। ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਆ। ਜਿਹੜੇ ਵੀ ਕਿਸਾਨ ਭਰਾ ਹਜੇ ਝੋਨਾ ਲਾ ਰਹੇ ਹੈਗੇ ਆ, ਉਹ ਆਪਣੇ ਖੇਤਾਂ ਦੇ ਵਿੱਚ ਹੁਣ ਪਛੇਤੀਆਂ ਕਿਸਮਾਂ ਜਿਹੜੀਆਂ ਥੋੜ੍ਹੀਆਂ ਸੰਘਣੀਆਂ ਲਾਉਣ, ਯੂਰੀਆ ਉਹਨਾਂ ਦਾ ਟਾਈਮ ਸਿਰ ਪੂਰਾ ਕਰਨਾ ਹੈਗਾ, ਇਹ ਨਹੀਂ ਹੈਗਾ ਪਛੇਤੀਆਂ ਕਿਸਮਾਂ ਨੂੰ 50 ਦਿਨਾਂ ਤੱਕ ਯੂਰੀਆ ਲੈ ਕੇ ਜਾਣਾ, ਤਾਂ ਫਿਰ ਉਹੀ ਪਿਛਲੇ ਸਾਲ ਵਾਲਾ ਕੰਮ ਹੋ ਜਾਏਗਾ, ਪਛੇਤੀਆਂ ਕਿਸਮਾਂ 'ਚ ਵੱਧ ਯੂਰੀਆ ਪੈਣ ਦੇ ਨਾਲ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਿਆਂ ਕਿ ਪਛੇਤੀਆਂ ਕਿਸਮਾਂ ਦੇ ਲਈ ਮੌਸਮ ਬੜਾ ਢੁੱਕਵਾਂ ਹੁੰਦਾ, ਇਹਨਾਂ ਨੂੰ ਇੱਕ ਡੋਜ਼ ਦੇ ਵਿੱਚ ਅੱਧੇ ਗੱਟੇ ਤੋਂ ਵੱਧ ਯੂਰੀਆ ਨਾ ਦਿਆ। ਜੇ ਤੁਸੀਂ ਇੱਕ ਗੱਟਾ ਯੂਰੀਆ ਦਿੰਦੇ ਹੈਗੇ ਹੋ, ਪਹਿਲੀ ਗੱਲ ਤਾਂ ਪੂਰਾ ਫਸਲ ਲੈ ਨਹੀਂ ਸਕਦੀ, ਅਤੇ ਇੱਕਦਮ ਫਸਲ ਨੂੰ ਉਹ ਧੱਕਾ ਮਾਰਦਾ ਹੈਗਾ, ਇੱਕਦਮ ਫਸਲ ਨੂੰ ਵੱਧ ਖੁਰਾਕ ਮਿਲ ਜਾਂਦੀ ਹੈ ਫਿਰ ਕਮੀ ਆਉਂਦੀ, ਵੱਧ ਖੁਰਾਕ ਮਿਲਦੀ ਫਿਰ ਕਮੀ ਆਉਂਦੀ ਹੈ, ਫਸਲ 'ਚ ਕੱਚਾ ਪਾਣੀ ਇੱਕਦਮ ਵੱਧ ਆਉਂਦਾ ਹੈਗਾ, ਤਾਂ ਉਹ ਵੀ ਬਾਕੀ ਖੇਤਾਂ ਨੂੰ ਛੱਡ ਕੇ ਕੀੜੇ ਪਤੰਗੇ ਤੁਹਾਡੇ ਖੇਤਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਆ। ਇਸ ਤਰ੍ਹਾਂ ਦੀਆਂ ਕਾਰਵਾਈਆਂ ਆਪਾਂ ਖੁਦ ਨਾ ਕਰੀਏ, 35 ਦਿਨ ਦਾ ਝੋਨਾ ਹੋ ਚੁੱਕਿਆ, ਉਦੋਂ ਬਾਅਦ ਪਾਣੀ ਸੁਕਾ ਕੇ ਲੱਗ ਸਕਦਾ ਹੈਗਾ, ਨਵੇਂ ਝੋਨੇ ਲੱਗ ਰਹੇ ਆ ਉਹਨਾਂ ਦੇ ਵਿੱਚ ਪਾਣੀ ਭਰਵੇਂ ਲੱਗ ਸਕਦੇ ਹੈਗੇ ਆ। ਯੂਰੀਆ ਦੀ ਸਿੰਗਲ ਡੋਜ਼ ਆ ਜਿਹੜੀ ਉਹ 35 ਕਿਲੋ ਤੱਕ ਹੀ ਦੇਣੀ ਚਾਹੀਦੀ ਹੈ, ਉਸ ਤੋਂ ਵੱਧ ਨਹੀਂ ਦੇਣੀ ਚਾਹੀਦੀ, ਅਤੇ ਕਿਸਮਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਯੂਰੀਆ ਦੀ ਵਰਤੋਂ ਕਰਨੀ ਚਾਹੀਦੀ ਹੈ। ਜ਼ਿਆਦਾ ਯੂਰੀਆ ਦੀ ਵਰਤੋਂ ਨਾਲ ਝਾੜ ਨਹੀਂ ਵੱਧਦਾ ਹੈਗਾ, ਕੀੜਿਆਂ ਦਾ ਹਮਲਾ ਵੱਧ ਸਕਦਾ, ਫਸਲ ਦਾ ਮੇਕਅਪ ਵਧੀਆ ਹੋ ਸਕਦਾ, ਇਹਨਾਂ ਚੀਜ਼ਾਂ ਤੋਂ ਬਚਣਾ।